ਥਾਣਾ ਜੋਧਾਂ ਦੇ ਨਵੇਂ SI ਹੀਰਾ ਸਿੰਘ ਨੇ ਅੱਜ ਚਾਰਜ ਸੰਭਾਲਿਆ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਬੇਝਿਜਕ ਕਿਸੇ ਵੀ ਤਰ੍ਹਾਂ ਦੀ ਨਸ਼ਿਆਂ ਪ੍ਰਤੀ ਜਾਂ ਕਿਸੇ ਹੋਰ ਸ਼ਰਾਰਤੀ ਅੰਸ਼ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਤੁਰੰਤ ਮੇਰੇ ਨਾਲ ਸੰਪਰਕ ਕਰ ਸਕਦੇ ਹਨ। ਸ਼ਰਾਰਤੀ ਅੰਸਰ ਨੇ ਉਹਨਾਂ 'ਤੇ ਨਕੇਮ ਪਾਉਣ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ। ਜੇ ਵੀ ਕਿਸੇ ਵੀ ਬੰਦੇ ਨੂੰ ਸਾਨੂੰ ਕੋਈ ਇਤਲਾਹ ਦੇਣਾ ਚਾਹੁੰਦਾ ਉਹ ਸਾਨੂੰ ਦੇ ਸਕਦਾ ਹੈ, ਕੋਈ ਮਾੜੇ ਅੰਸਰ ਨੇ, ਤਾਂ ਕਿ ਸਮਾਜ ਵਿੱਚੋਂ ਜੋ ਵੀ ਹੈਗਾ ਹੈ, ਜੋ ਭੈੜੀਆਂ ਲਾਹਨਤਾਂ ਨੇ, ਜੋ ਕੋਈ ਨਸ਼ਾ ਤਸਕਰ ਨੇ, ਉਹਨਾਂ 'ਤੇ ਕਾਬੂ ਪਾ ਕੇ ਉਹਨਾਂ 'ਤੇ ਪ੍ਰੋਪਰ ਬੰਦੀ ਕਾਰਵਾਈ ਕੀਤੀ ਜਾਵੇ।